अस्सलाम वालेकुम जी, क्या हाल है? सोडा ठीक हो? खरीयत से ठीक है? क्या हाल है सोडा? ਤੁਸੀਂ ਤੱਕਨੇ ਪਏ ਹੋ ਮੁਨੀਬ ਭਾਈ ਚੈਨਲ ਹੋ ਤੇ ਮੇਰਾ ਨਾਮ ਹੈ ਜੀ ਅਦੀਬ ਨਵਾਜ਼। ਟੋਟਲ ਅੰਡੇ ਕਿਤਨੇ ਨਾ? ਬੜੀ ਖੁਸ਼ਖਬਰੀ ਆਪਣੇ ਨਾਜ਼ਰੀਨ ਵਾਸਤੇ, ਇਸ ਦੀ ਅੰਡਿਆਂ ਦੀ ਵੀਡੀਓ ਮੈਂ ਸਵਾ ਪਹਿਲੇ ਤੱਕ ਆਈ ਹੈ ਤੇ ਇਹ ਮੈਂ ਸਵਾ ਆਖਿਆ ਵੀ ਜਿਸ ਟਾਈਮ ਇਹ ਕੁੱਕੜੀ ਸਾਡੀ ਥੋੜ੍ਹੇ ਜਿਹੇ ਬੱਚੇ ਕੱਢ ਸੀ ਤੇ ਫਿਰ ਅਸੀਂ ਵੀਡੀਓ ਬਣਾ ਕੇ ਸਵਾ ਅਸਾਂ ਇਸ ਦੀ ਵੀਡੀਓ ਚੈੱਕ ਕਰਾਉਣੀ ਤੇ ਮਾਸ਼ਾਅੱਲਾ ਸੋ 11 अंडे इस थले ना ते इस 6 बच्चे काट देते हैं। बच्चे चंगे कड़े स्वाड़े सामने बकायदा लाइव चल रहे हैं। ए बड़ा सोना बड़ा तुसी तको 6 बच्चे इस काट देते हैं ते एक मजे दी गल इस थी इंजे भाई ए हुन मतलब जिस टाइम इस त्रै बच्चे कड़े हैं ते अपने बच्चा लेके भरन लेगी त्रै बच्चा ਉਹਨਾਂ ਦਾਣੇ ਛਾਣੇ ਚੁਗਾ ਕੇ ਵਾਪਸ ਆਈ ਤੇ ਫਿਰ ਉਹ ਇੱਕ ਹੋਰ ਬੱਚਾ ਕੱਢ ਦਿੱਤਾ ਚੌਥਾ ਉੱਠ ਕੇ ਬਾਹਰ ਲੱਗੀ ਵੀ ਨਹੀਂ ਫਿਰ ਆ ਰਿਹਾ ਉਸ ਕਾਲ ਹੈ ਉਹ ਕਾਲ ਹੈ ਨਾ ਇੱਥੇ ਮੈਂ ਇੱਥੇ ਆ ਜਿਸੇ ਹੀ ਨਿਕਲਿਆ ਫਿਰ ਵਾਪਸ ਆਣ ਕੇ ਹੋਰ ਬੱਚਾ ਕੱਢਿਆ ਚੌਥਾ ਇੱਥੇ ਤਾਂ ਨੋਕ ਲੱਗੀ ਹੋਈ ਨਾ ਫਿਰ ਪੰਜਵਾਂ ਫਿਰ ਛੇਵਾਂ ਮੇਰੀ ਅੱਗੀ ਜਾ ਫਟ ਕੇ ਇਹ ਵਾਲੀ ਹਲਾ 6 ਇਸ ਬੱਚੇ ਕੱਢ ਕੇ ਤੇ ਅੱਜ ਮੈਂ ਤੱਕਿਆ ਪਰਾਂ ਵੀ ਇਹਨਾਂ ਵੀ ਅੰਡੇ ਚ ਮੈਂ ਤਾਂ ਨਹੀਂ ਮੰਨਦਾ ਮੈਂ ਆ ਨਾ ਬਈ ਪਤਾ ਨਹੀਂ ਵਜ੍ਹਾ ਕੀ ਹੋਈ ਬਾਕੀ ਅੰਡੇ ਉਸ ਗੰਦੇ ਕਰ ਗਏ ਕੀ ਵਜ੍ਹਾ ਬਾਕੀ ਅੰਡੇ ਚ ਅੰਡੇ ਨਹੀਂ ਬੱਚੇ ਨਹੀਂ ਕੱਢੂ ਅੱਗੇ ਪਿੱਛੇ ਰੱਖਿਓ ਸਨ ਹਾਂ ਦੇਖੋ ਇਹ ਨਸਲੀ ਮੁਰਗੀ ਜਿਹੜੀ ਹੋਣੀ ਉਹ ਵਾਤੋ ਅੰਡਾ ਗਾਟੀ ਗੰਦਾ ਕਰਨੀ ਹੈ ਗਰਮੀ ਹੈ ਪੁੰਗਾਡੀ ਗਰਮੀ ਹੈ ਤੇ ਇਹ ਜਿਸ ਟਾਈਮ 5 ਇਸ ਬੱਚੇ ਕੱਢੇ ਨਾ ਜੀ ਤੇ ਮੈਂ ਆਣ ਕੇ ਤੱਕਿਆ 6ਵੇਂ ਅੰਡੇ ਚੋਂ ਵੀ ਇੱਕ ਪਲੂ ਸਿਰ ਨਿਕਲਿਆ ਪਿਆ ਤੇ ਬੱਚੇ ਦੀ ਨਿਕਲਣ ਦੀ ਉਮੀਦ ਨਜ਼ਰ ਆਉਣੀ ਪਈ ਵੇਸ਼ ਚੋਂ ਵੀ ਬੱਚਾ ਨਿਕਲ ਸੀ ਤੇ ਘੰਟੇ ਡੇਢ ਬਾਅਦ ਮੈਂ ਤੱਕਿਆ ਤੇ ਉਸ ਚੋਂ ਬੱਚਾ ਚਾਇਆ ਬਾਹਰ ਆ ਪਿਆ ਹੁਣ ਪਿੱਛੇ ਸਵਾੜੇ ਸਾਹਮਣੇ 6 ਬੱਚੇ ਪਰ ਫਿਰਨੇ ਨੂੰ 6 ਬੱਚੇ ਜਿਹੜੇ ਬਿਲਕੁਲ ਹੀ ਸੁੱਤੇ ਨੇ ਤੇ 5 ਅੰਡੇ ਸਵਾੜੇ ਸਾਹਮਣੇ ਪੈਵੇਂ 5 ਅੰਡੇ 6 5 ਪਿਓਰ ਅਸੀਲ ਮੁਰਗੀ ਤੇ ਫਿਰ ਉਹ ਜਿਹੜਾ ਮੁਰਗ ਆ ਉਹ ਵੀ ਪਿਓਰ ਅਸੀਲ ਆ ਠੀਕ ਹੈ ਪਿਓਰ ਅਸੀਲ ਤੇ ਫਿਰ ਬੱਚੇ ਤੁਸੀਂ ਚੈੱਕ ਕਰੋ ਬਈ ਇਹ ਤੇ ਵੱਧ ਗੋਲਡਨ ਨਹੀਂ ਨੋਕ ਨੇ ਇਹਨਾਂ ਵੀ ਪਿਓਰ ਅਸੀਲ ਹੀ ਹੋਣਾ ਇੱਕ ਹੀ ਤੁਸੀਂ ਇੱਕ ਸੋਹਣਾ ਇਹ ਤਾਂ ਹੁਣ ਬਿਲਕੁਲ ਛੋਟੇ ਛੋਟੇ ਜਿਸ ਟਾਈਮ ਵੱਡੇ ਹੋ ਸਨ ਵੱਧ ਤੁਸੀਂ ਚੈੱਕ ਕਰਾਏ ਇਹ ਅੰਡੇ ਚੈੱਕ ਕਰੋ ਇਹ ਹੁਣ ਅੰਡੇ ਨਾ 5 ਛੋੜ ਦਿੱਤੇ ਨੇ ਨਾ ਮੈਂ ਤਾਂ ਕੀ ਜਾਈ ਕਰ ਦੇਣਾ ਤਾਂ ਜੇ ਫਿਰ ਬੱਚੇ ਜਿਹੜਾ ਨਾ ਕੱਢੇ ਐਂ ਉੱਤੇ ਆਵਾਂ ਹੁਣ ਤਾਂ ਕਿਹਾ ਤੁਸੀਂ ਆਪਣਾ ਬੱਚਿਆਂ ਦਾ ਵੀ ਡਾਹ ਇਸ ਰੱਖੀ ਹੋਈ ਅਤੇ ਹੁਣ ਜਿਹੜੇ 5 ਅੰਡੇ ਰਹਿੰਦੇ ਉਹਨਾਂ ਵੀ ਤੱਕ ਨਹੀਂ ਪਈ ਅੰਡੇ ਉਹ ਵੀ ਭਰਾਂ ਨਾ ਆਉਣ ਮੈਂ ਬੜਾ ਹੈਰਾਨ ਹੋਇਆ ਜੀ ਮੁਰਗੀ ਤੂੰ ਬਈ ਇਹ ਆਖਰ ਕਰਨਾ ਕੀ ਚਾਹੁੰਦੀ ਠੀਕ ਹੈ ਜੀ ਅਤੇ ਐਂ 5 ਅੰਡੇ ਮੈਂ ਜਾਈ ਅਤੇ ਸਾਈਡ 'ਤੇ ਕਰ ਦਿੱਤੇ ਹਨ ਬਈ ਜਿਸ ਟਾਈਮ ਇਸਦਾ ਦਿਲ ਕਰੇ ਦੂਏ 'ਚੋਂ ਬੱਚੇ ਕੱਢ ਗਏ ਨੇ ਤੁਸੀਂ ਬੜੀਆਂ ਬੜੀਆਂ ਮੁਰਗੀਆਂ ਵੇਖੀਆਂ ਸੁਣ ਲੇਕਿਨ ਇਸ ਕਿਸਮ ਦੀ ਮੁਰਗੀ ਸੁਆਨੀ ਵੇਖੀ ਹੱਥ ਮਾਰ ਜੀ ਮੈਂ ਮਾਰਨਾ ਪਿਆ ਅਤੇ ਮੁਰਗੀਆਂ ਗੁੱਸਾ ਨਾ ਮੁਰਗੀ ਅਤੇ ਅੱਗੂ ਜਿਹੜਾ ਨਾ ਉਹ ਡੋਡਾ ਨਹੀਂ ਵੇ ਲੇਕਿਨ ਤੱਕ ਉਹ ਅਸੀਲ ਮੁਰਗੀ ਜਿਹੜੀ ਨਸਲੀ ਮੁਰਗੀ ਹੋਣੀ ਨਾ ਐ ਚੈੱਕ ਕਰੋ ਬਿਲਕੁਲ ਮੁਰਗੀਆਂ ਕੋਈ ਟੈਨਸ਼ਨ ਪਰੇਸ਼ਾਨੀ ਨਹੀਂ ਤੁਸੀਂ ਜੀ ਕੋਈ ਮਰਜ਼ੀ ਕਰੋ ਮੁਰਗੀ ਹੋਵੇ ਤਾਂ ਫਿਰ ਹੇਜੀ ਹੋਵੇ ਨਹੀਂ ਐਂ ਤੱਕ ਉਹ ਥੱਲੇ ਬੱਚਾ ਹੁਣ ਗਲਪੇਟਾਂ ਥੱਲੇ ਵੜਿਆ ਪਿਆ ਆਪਣਾ ਸੋਹਣਾ ਜਿਹੜਾ ਨਾ ਇੰਜੋਏ ਕਰ ਰਹੇ ਨੂੰ ਅਤੇ ਬਾਕੀ ਮੁਰਗੀ ਜਿਹੜਾ ਨਾ ਆਪਣੇ ਫੁੱਲ ਮਾਹੌਲ 'ਚ ਆਪਣਾ ਜਿਹੜਾ ਨਾ ਲੱਗੀ ਪਈ ਵੇ ਇਸ ਕਿਸਮ ਦੀ ਮੈਂ ਤਾਂ ਹੀ ਸੋ ਮੈਂ ਨਾ ਬਈ ਤੁਸੀਂ ਮੇਰਾ ਚੈਨਲ ਤੱਕਨੇ ਦਾ ਕਰੋ ਇਹ ਜਿਹੀਆਂ ਮਜ਼ੇਦਾਰ ਵੀਡੀਓ ਹਰ ਵੇਲੇ ਸੋ ਮੈਂ ਦਿਲ ਕਰਨਾ ਵੀ ਨਵੀਆਂ ਨਵੀਆਂ ਵੀਡੀਓ ਸਾਡੇ ਵਾਸਤੇ ਅਸੀਂ ਆਣੀਏ ਸੋ ਚੈੱਕ ਕਰਾਈਏ ਸਾਡੀ ਵੀਡੀਓ ਸੋ ਪਸੰਦ ਆਵੇ ਤਾਂ ਲਾਈਕ ਜ਼ਰੂਰ ਕੀਤਾ ਕਰੋ ਠੀਕ ਹੈ ਅਤੇ ਫਿਰ ਹੋਰ ਜ਼ਿਆਦਾ ਪਸੰਦ ਆਵੇ ਤਾਂ ਵੱਧ ਰੱਖ ਕੇ ਕਮੈਂਟ ਕਰ ਦਿੱਤਾ ਫਿਰ ਇਹ ਦੱਸਿਆ ਵੀ ਅਸੀਂ ਫਲਾਣੀ ਜਗ੍ਹਾ ਤੋਂ ਫਲਾਣੇ ਮੁਲਕ 'ਚੋਂ ਸਾਡੀ ਵੀਡੀਓ ਤੱਕ ਰਹੇ ਹਾਂ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਿਹੜੇ ਸਾਨੂੰ ਪ੍ਰਮੋਟ ਕਰਨੇ ਹੋ ਸਾਨੂੰ ਜਿਹੜਾ ਸਾਡੀਆਂ ਵੀਡੀਓ ਤੱਕਨੇ ਹੋ ਠੀਕ ਹੈ ਜੀ ਵੀਡੀਓ ਤੱਕਣ ਦਾ ਬਹੁਤ ਬਹੁਤ ਸ਼ੁਕਰੀਆ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਠੀਕ ਹੈ ਜੀ ਮਿਲਨੇ ਆ ਹੋਰ ਕਈ ਸੋਹਣੀ ਜੀ ਵੀਡੀਓ ਦੇ ਨਾਲ ਠੀਕ ਹੈ ਤਾਂ ਤੁਰੀ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਅੱਲਾ ਹਾਫਿਜ਼।